ਬਿਲਕੁਲ ਸਬਾਨੋ, ਮਾਮਲੇ ਦੇ ਵਿੱਚ ਬਹੁਤ ਹੀ ਵੱਡਾ ਅਪਡੇਟ ਆ ਰਿਹਾ ਹੈ। ਬਿਲਕੁਲ ਸਬਾਨੋ, ਮਾਮਲੇ ਦੇ ਵਿੱਚ 11 ਦੋਸ਼ੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇਹ ਪਹੁੰਚੀ ਤੇ 11 ਦੋਸ਼ੀਆਂ ਨੇ ਆਤਮ ਸਮਰਪਣ ਕੀਤਾ। ਬਿਲਕੁਲ ਸਬਾਨੋ, ਮਾਮਲੇ ਦੇ ਵਿੱਚ 11 ਦੋਸ਼ੀਆਂ ਨੇ ਸੁਪਰੀਮ ਕੋਰਟ ਦੁਆਰਾ ਲਗਾਈ ਗਈ ਸਮਾਂ ਸੀਮਾ ਤੋਂ ਬਾਅਦ ਐਤਵਾਰ ਦੇਰ ਰਾਤ ਗੁਜਰਾਤ ਦੇ ਪੰਚਮਹਾਲ ਜ਼ਿਲ੍ਹੇ ਦੀ ਗੋਦਰਾ ਸਬ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ। ਸਥਾਨਕ ਅਪਰਾਧ ਸ਼ਾਖਾ ਦੇ ਇੰਸਪੈਕਟਰ ਐਨਐਲ ਦਸਾਈ ਨੇ ਦੱਸਿਆ ਕਿ ਸਾਰੇ 11 ਦੋਸ਼ੀਆਂ ਨੇ ਦੇਰ ਰਾਤ ਐਤਵਾਰ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ। ਉਹ 21 ਜਨਵਰੀ ਨੂੰ ਅੱਧੀ ਰਾਤ ਜੇਲ੍ਹ ਦੇ ਵਿੱਚ ਪਹੁੰਚ ਗਏ, ਜੋ ਸੁਪਰੀਮ ਕੋਰਟ ਦੇ ਵੱਲੋਂ ਸਮਾਂ ਸੀਮਾ ਤੈਅ ਕੀਤੀ ਗਈ ਸੀ ਉਸ ਅਨੁਸਾਰ ਹੀ ਉਹ ਜੇਲ੍ਹ ਦੇ ਵਿੱਚ ਪਹੁੰਚੇ ਤੇ 11 ਦੋਸ਼ੀਆਂ ਦੇ ਵੱਲੋਂ ਆਤਮ ਸਮਰਪਣ ਹੈ ਜਿਹੜਾ ਉਹ ਕੀਤਾ ਗਿਆ। 8 ਜਨਵਰੀ ਨੂੰ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਵੱਲੋਂ 11 ਦੋਸ਼ੀਆਂ ਨੂੰ ਦਿੱਤੀ ਗਈ ਛੋਟ ਨੂੰ ਰੱਦ ਕਰ ਦਿੱਤਾ ਸੀ ਤੇ ਅਦਾਲਤ ਨੇ ਆਪਣੇ ਵਿਵੇਕ ਦੀ ਦੁਰਵਰਤੋਂ ਕਰਨ ਲਈ ਰਾਜ ਸਰਕਾਰ ਨੂੰ ਫਟਕਾਰ ਲਗਾਈ ਸੀ। ਰਾਜ ਸਰਕਾਰ ਦੁਆਰਾ 2022 ਵਿੱਚ ਸੁਤੰਤਰਤਾ ਦਿਵਸ ਸਮੇਂ ਤੋਂ ਪਹਿਲਾਂ ਰਿਹਾ ਕੀਤੇ ਗਏ ਦੋਸ਼ੀਆਂ ਨੂੰ 2 ਹਫ਼ਤਿਆਂ ਦੇ ਅੰਦਰ ਜੇਲ੍ਹ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦੋਸ਼ੀਆਂ ਨੂੰ ਆਤਮ ਸਮਰਪਣ ਲਈ ਹੋਰ ਸਮਾਂ ਦੇਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ ਅਤੇ ਐਤਵਾਰ ਤੱਕ ਅਜਿਹਾ ਕਰਨ ਲਈ ਕਿਹਾ ਗਿਆ ਸੀ। 11 ਦੋਸ਼ੀਆਂ ਵਿੱਚ ਪੱਕਾ ਭਾਈ ਬੋਹਨੀਆ, ਬਿਪਨ ਚੰਦਰ ਜੋਸ਼ੀ, ਕੇਸਰ ਭਾਈ ਬੋਹਨੀਆ, ਗੋਵਿੰਦ ਨਾਈ, ਜਸਵੰਤ ਨਾਈ, ਮਹੇਸ਼ ਭੱਟ, ਪ੍ਰਦੀਪ ਮੋਰਦੀਆ, ਰਾਧੇ ਸ਼ਿਆਮ ਸ਼ਾਹ, ਰਾਜੂ ਭਾਈ ਸੋਨੀ, ਰਮੇਸ਼ ਚੰਦਨਾ ਅਤੇ ਸ਼ੈਲੇਸ਼ ਭੱਟ ਸ਼ਾਮਿਲ ਹਨ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼ ਦੇ ਨਾਲ, ਧੰਨਵਾਦ। ਬਿਲਕੁਲ ਸਬਾਨੋ, ਮਾਮਲੇ ਦੇ ਵਿੱਚ ਬਹੁਤ ਹੀ ਵੱਡਾ ਅਪਡੇਟ ਆ ਰਿਹਾ ਹੈ। ਬਿਲਕੁਲ ਸਬਾਨੋ, ਮਾਮਲੇ ਦੇ ਵਿੱਚ 11 ਦੋਸ਼ੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇਹ ਪਹੁੰਚੀ ਤੇ 11 ਦੋਸ਼ੀਆਂ ਨੇ ਆਤਮ ਸਮਰਪਣ ਕੀਤਾ। ਬਿਲਕੁਲ ਸਬਾਨੋ, ਮਾਮਲੇ ਦੇ ਵਿੱਚ 11 ਦੋਸ਼ੀਆਂ ਨੇ ਸੁਪਰੀਮ ਕੋਰਟ ਦੁਆਰਾ ਲਗਾਈ ਗਈ ਸਮਾਂ ਸੀਮਾ ਤੋਂ ਬਾਅਦ ਐਤਵਾਰ ਦੇਰ ਰਾਤ ਗੁਜਰਾਤ ਦੇ ਪੰਚਮਹਾਲ ਜ਼ਿਲ੍ਹੇ ਦੀ ਗੋਦਰਾ ਸਬ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ। ਸਥਾਨਕ ਅਪਰਾਧ ਸ਼ਾਖਾ ਦੇ ਇੰਸਪੈਕਟਰ ਐਨਐਲ ਦਸਾਈ ਨੇ ਦੱਸਿਆ ਕਿ ਸਾਰੇ 11 ਦੋਸ਼ੀਆਂ ਨੇ ਦੇਰ ਰਾਤ ਐਤਵਾਰ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ। ਉਹ 21 ਜਨਵਰੀ ਨੂੰ ਅੱਧੀ ਰਾਤ ਜੇਲ੍ਹ ਦੇ ਵਿੱਚ ਪਹੁੰਚ ਗਏ, ਜੋ ਸੁਪਰੀਮ ਕੋਰਟ ਦੇ ਵੱਲੋਂ ਸਮਾਂ ਸੀਮਾ ਤੈਅ ਕੀਤੀ ਗਈ ਸੀ ਉਸ ਅਨੁਸਾਰ ਹੀ ਉਹ ਜੇਲ੍ਹ ਦੇ ਵਿੱਚ ਪਹੁੰਚੇ ਤੇ 11 ਦੋਸ਼ੀਆਂ ਦੇ ਵੱਲੋਂ ਆਤਮ ਸਮਰਪਣ ਹੈ ਜਿਹੜਾ ਉਹ ਕੀਤਾ ਗਿਆ। 8 ਜਨਵਰੀ ਨੂੰ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਵੱਲੋਂ 11 ਦੋਸ਼ੀਆਂ ਨੂੰ ਦਿੱਤੀ ਗਈ ਛੋਟ ਨੂੰ ਰੱਦ ਕਰ ਦਿੱਤਾ ਸੀ ਤੇ ਅਦਾਲਤ ਨੇ ਆਪਣੇ ਵਿਵੇਕ ਦੀ ਦੁਰਵਰਤੋਂ ਕਰਨ ਲਈ ਰਾਜ ਸਰਕਾਰ ਨੂੰ ਫਟਕਾਰ ਲਗਾਈ ਸੀ। ਰਾਜ ਸਰਕਾਰ ਦੁਆਰਾ 2022 ਵਿੱਚ ਸੁਤੰਤਰਤਾ ਦਿਵਸ ਸਮੇਂ ਤੋਂ ਪਹਿਲਾਂ ਰਿਹਾ ਕੀਤੇ ਗਏ ਦੋਸ਼ੀਆਂ ਨੂੰ 2 ਹਫ਼ਤਿਆਂ ਦੇ ਅੰਦਰ ਜੇਲ੍ਹ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦੋਸ਼ੀਆਂ ਨੂੰ ਆਤਮ ਸਮਰਪਣ ਲਈ ਹੋਰ ਸਮਾਂ ਦੇਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ ਅਤੇ ਐਤਵਾਰ ਤੱਕ ਅਜਿਹਾ ਕਰਨ ਲਈ ਕਿਹਾ ਗਿਆ ਸੀ। 11 ਦੋਸ਼ੀਆਂ ਵਿੱਚ ਪੱਕਾ ਭਾਈ ਬੋਹਨੀਆ, ਬਿਪਨ ਚੰਦਰ ਜੋਸ਼ੀ, ਕੇਸਰ ਭਾਈ ਬੋਹਨੀਆ, ਗੋਵਿੰਦ ਨਾਈ, ਜਸਵੰਤ ਨਾਈ, ਮਹੇਸ਼ ਭੱਟ, ਪ੍ਰਦੀਪ ਮੋਰਦੀਆ, ਰਾਧੇ ਸ਼ਿਆਮ ਸ਼ਾਹ, ਰਾਜੂ ਭਾਈ ਸੋਨੀ, ਰਮੇਸ਼ ਚੰਦਨਾ ਅਤੇ ਸ਼ੈਲੇਸ਼ ਭੱਟ ਸ਼ਾਮਿਲ ਹਨ। ਬਿਊਰੋ ਰਿਪੋਰਟ, ਦਿਸ਼ਾ ਅਪਡੇਟ ਨਿਊਜ਼ ਦੇ ਨਾਲ, ਧੰਨਵਾਦ।